ਆਪਣੀਆਂ ਭੱਖ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਪਨ ਬੱਸ ਕੰਟਰੈਕਟਰ ਵਰਕਰ ਯੂਨੀਅਨ ਹੜਤਾਲ ਤੇ ਹੈਗੇ ਨੇ ਤੇ ਲਗਾਤਾਰ ਰੋਸ ਪ੍ਰਦਰਸ਼ਨ ਦੌਰ ਜਾਰੀ ਹੈ। ਤੁਸੀਂ ਦੇਖ ਸਕਦੇ ਹੋ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਠੇਕੇਦਾਰੀ ਸਿਸਟਮ ਦੇ ਖਿਲਾਫ ਜਿਹੜਾ ਉਹ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਹਨਾਂ ਤੋਂ ਪੁੱਛਦੇ ਹਾਂ ਇਹਨਾਂ ਦੇ ਕੀ ਮੇਨ ਮੁੱਦਾ ਕੀ ਹੈਗੇ ਨੇ, ਕੀ ਮੰਗਾਂ ਹੈਗੀਆਂ ਇਹਨਾਂ ਤੋਂ ਪੁੱਛਦੇ ਹਾਂ। ਦੱਸੋ ਜੀ ਆਪਦੀ ਜਥੇਬੰਦੀ ਦਾ ਨਾਮ ਦੱਸੋ, ਕੀ ਨਾਮ ਤੁਹਾਡਾ ਹੈਗਾ, ਜਿਹੜੇ ਤੁਸੀਂ ਇੱਥੇ 3 ਦਿਨ ਤੋਂ ਹੜਤਾਲ ਕਰ ਰਹੇ ਹੋ, ਕੀ ਮੇਨ ਮੁੱਦੇ ਕੀ ਹੈਗੇ ਤੁਹਾਡੇ? ਮੈਂ ਜੀ ਸੂਬਾ ਕਮੇਟੀ ਮੈਂਬਰ ਬਲਜਿੰਦਰ ਸਿੰਘ, ਪੰਜਾਬ ਰੋਡੇ ਪਨ ਬੱਸ ਅੰਮ੍ਰਿਤਸਰ ਵਨ ਤੋਂ ਹਾਂ। ਅਸੀਂ ਇਹ ਸਰ ਹੜਤਾਲ ਜਿਹੜੀ ਆ ਰਿਕਵਰੀਆਂ ਦੇ ਵਿਰੋਧ 'ਚ ਕੀਤੀ ਆ। ਇਹ ਜਿਹੜੀਆਂ ਰਿਕਵਰੀਆਂ ਸਾਨੂੰ ਪਾਈਆਂ ਜਾਂਦੀਆਂ ਬਿਨਾਂ ਕੰਮ ਤੋਂ ਪਾਈਆਂ ਜਾਂਦੀਆਂ, ਇਹ ਸਾਡਾ ਸ਼ੋਸ਼ਣ ਕੀਤਾ ਜਾਂਦਾ। ਇਸ ਕਰਕੇ ਅਸੀਂ ਪਰਸੋਂ ਰੋਜ਼ ਤੋਂ ਸਾਡੀ ਜਿਹੜੀ ਆ 1.5 ਲੱਖ ਰੁਪਈਆ ਸਾਡੇ ਵਰਕਰਾਂ ਦਾ ਕੱਟਿਆ ਗਿਆ। ਇਹ MACD ਕੇਸ ਦੇ ਪੈਸੇ ਆ, ਉਹ ਸਾਡੇ ਵਰਕਰਾਂ ਦੇ ਥੋਪ ਦਿੱਤੇ ਜਾਂਦੇ ਆ। ਉਹ ਇਹਨਾਂ ਨੂੰ ਕੋਈ 2-2, 3-3 ਹਜ਼ਾਰ ਕਰਕੇ ਹਰ, ਇਹ ਨਹੀਂ ਕਿ ਅੱਜ ਆ, ਇਹ ਸ਼ੁਰੂ ਤੋਂ ਜਿਉਂ ਅਸੀਂ 8-10 ਸਾਲਾਂ ਤੋਂ ਭਰਤੀ ਹੋਏ ਹਾਂ। ਘੱਟ ਤੋਂ ਘੱਟ ਮੇਰੇ ਹਿਸਾਬ ਮੁਤਾਬਕ, ਕਿਉਂਕਿ ਮੈਂ ਸੂਬਾ ਕਮੇਟੀ ਮੈਂਬਰ ਹਾਂ, ਮੇਰਾ ਆਉਣ ਜਾਣ ਜ਼ਿਆਦਾ ਹੁੰਦਾ, ਅਤੇ ਘੱਟ ਤੋਂ ਘੱਟ ਵੀ 50 ਲੱਖ ਰੁਪਏ ਦੇ ਕਰੀਬ ਜਿਹੜੀ ਆ ਉਹ ਰਿਕਵਰੀ ਹੁਣ ਤੱਕ ਅਸੀਂ ਕਰਵਾ ਹਟੇ ਹਾਂ। ਇਸ ਕਰਕੇ ਇਹ ਜਿਹੜਾ ਡਿਪੂ ਅਸੀਂ ਪਰਸੋਂ ਤੋਂ ਬੰਦ ਕੀਤਾ, ਸਾਡੇ ਨਜਾਇਜ਼ ਪੈਸੇ ਕੱਟੇ ਗਏ। MACT ਹੈ ਕੀ ਇਹ ਦੱਸੋ ਜੀ? ਸਰ MACT ਜਿਹੜਾ ਇਹ ਹੈਗਾ ਆ, ਇਹ ਜਿਹੜੀਆਂ ਸਰਕਾਰ ਦੀਆਂ ਗੱਡੀਆਂ ਨਾ, ਸਭ ਤੋਂ ਪਹਿਲਾਂ ਮੇਨ ਗੱਲ ਇਹ ਆ, ਸਰਕਾਰ ਦੀਆਂ ਗੱਡੀਆਂ ਇਹਨਾਂ ਦੀ ਇੰਸ਼ੋਰੈਂਸ ਨਹੀਂ ਕਰਾਈ। ਜਿਹੜਾ ਸਾਨੂੰ ਅੱਜ ਤੱਕ 2010 ਤੋਂ ਭਰਤੀ ਕੀਤਾ ਰੋਡਵੇਜ਼ ਦੇ ਨਾਂ 'ਤੇ, ਬਾਅਦ 'ਚ ਪਨ ਬੱਸ ਕਰਕੇ ਅਸੀਂ ਲੜਾਈ ਵੀ ਬੜੇ ਚਿਰ ਦੇ ਲੜਦੇ ਆਉਂਦੇ ਹਾਂ। ਪਨ ਬੱਸ ਦੇ ਵਿੱਚ ਸਾਨੂੰ ਇਹ ਨਹੀਂ ਪਤਾ ਲੱਗਾ ਅੱਜ ਤੱਕ ਇਹ ਗੱਡੀਆਂ ਕਿਹਦੀਆਂ, ਗੌਰਮੈਂਟ ਦੀਆਂ ਜਾਂ ਕਿਸੇ ਕੰਪਨੀ ਦੀਆਂ। ਜਦੋਂ ਅਸੀਂ ਇਹੋ ਜਿਹੀ ਕੋਈ ਗੱਲ ਕਰਦੇ ਹਾਂ ਤਾਂ ਸਾਡੇ ਤੋਂ ਇਹ ਦਿੱਤਾ, ਇਹ ਕੰਪਨੀ ਦੀ ਗੱਡੀ ਆ ਜੀ, ਕੰਪਨੀ ਦੀ ਗੱਡੀ ਆ ਜੀ। ਇਸ ਕਰਕੇ ਇੰਸ਼ੋਰੈਂਸ ਇਹਦੀ ਵੀ ਨਹੀਂ ਹੈਗੀ। ਉਹ ਮੰਨ ਲਓ ਸਾਡੀ ਬਹੁਤ ਨਿਗੁਣੀਆਂ ਤਨਖਾਹਾਂ 'ਤੇ ਅਸੀਂ ਕੰਮ ਕਰਦੇ ਹਾਂ, 8 ਜਾਂ 10 ਹਜ਼ਾਰ ਤਨਖਾਹ ਲੈਣ ਵਾਲੇ ਬੰਦੇ, ਡਰਾਈਵਰ ਜਾਂ ਕੰਡਕਟਰ, ਉਹ ਕੋਈ ਹਾਦਸਾ ਹੋ ਜਾਂਦਾ, ਉਹ ਹਾਦਸਾ ਹੋਣ ਵਾਲੇ ਦਾ ਜਿਹੜਾ ਪਰਿਵਾਰ ਆ ਉਹ ਮਹਿਕਮੇ 'ਤੇ ਕਲੇਮ ਕਰਦਾ। ਜਦੋਂ ਮਹਿਕਮੇ 'ਤੇ ਕਲੇਮ ਕਰਦਾ ਉਹਨੂੰ 5 ਲੱਖ, 7 ਲੱਖ, 6 ਲੱਖ ਜੋ ਵੀ ਪੈਂਦਾ ਉਹਦੇ ਵਿੱਚੋਂ, ਕਹਿੰਦਾ ਮਤਲਬ ਇਹ ਆ ਵੀ 50 ਹਜ਼ਾਰ ਰੁਪਇਆ ਡਰਾਈਵਰ ਨੂੰ ਪਾਇਆ ਜਾਂਦਾ, ਪਰ ਉਹ ਡਰਾਈਵਰ ਨੂੰ ਪੈਣਾ ਬਣਦਾ ਨਹੀਂ। ਜਿਹੜਾ ਸਰਕਾਰ ਦਾ ਸਾਡੇ ਠੇਕੇਦਾਰ ਨਾਲ ਐਗਰੀਮੈਂਟ ਆ, ਉਹ ਪਾਰਟੀ ਉਹਨੂੰ ਬਣਾਇਆ ਗਿਆ ਸੀ, ਪਰ ਉਹਨੇ ਸਾਨੂੰ ਘੱਟ ਪੜ੍ਹੇ ਹੋਣ ਕਰਕੇ ਸਾਡੇ ਤੋਂ ਸਹਿਣ ਇਹੋ ਜਿਹੇ ਕਰਵਾ ਲਿਆ ਵੀ ਨਹੀਂ ਜੀ ਮੈਂ ਡਰਾਈਵਰ ਨੂੰ ਅੱਗੇ ਪਾਰਟੀ ਬਣਾਇਆ, ਜਾਂ ਡਰਾਈਵਰ ਤੋਂ ਕਸੂਰ ਹੋਊਗਾ ਅਤੇ ਮੈਂ ਜਿਹੜੇ ਪੈਸੇ ਆ ਡਰਾਈਵਰਾਂ ਦੇ ਸਿਰ ਪਾਊਂਗਾ। ਉਹ ਐਕਸੀਡੈਂਟ ਇੱਕ ਡਰਾਈਵਰ ਕਰਦਾ, ਪਾ ਸਾਰੇ ਦੇ ਵੰਡ ਕੇ, ਮੰਨ ਲਓ 50 ਹਜ਼ਾਰ ਪਾਇਆ, ਵੰਡ ਕੇ ਸਾਰਿਆਂ ਨੂੰ ਪਾ ਦਿੱਤੇ ਜਾਂਦੇ ਆ। ਇਹ MACT ਜਿਹੜਾ ਕਲੇਮ ਹੁੰਦਾ ਇਹ ਭਰਨਾ ਹੁੰਦਾ, ਜਾਂ ਮਹਿਕਮਾ ਭਰੇ ਜਾਂ ਸਾਡਾ ਜਿਹੜਾ ਪਾਰਟੀ ਬਣਾਇਆ ਗਿਆ ਠੇਕੇਦਾਰ ਉਹ ਭਰੇ, ਪਰ ਇੱਥੇ ਕੋਈ ਵੀ ਸੁਣਵਾਈ ਨਹੀਂ, ਕੋਈ ਸਰਕਾਰ ਸਾਡੀ ਸੁਣਵਾਈ ਨਹੀਂ ਕਰਦੀ, ਕੋਈ ਪ੍ਰਸ਼ਾਸਨ ਨਹੀਂ ਸੁਣਵਾਈ ਕਰਦਾ। ਜੇ ਅਸੀਂ ਕੰਮ ਵੱਲ ਵੇਹਨੇ ਹਾਂ ਗੱਡੀਆਂ ਦੇ ਵੱਲ, ਕੁਝ ਗੱਡੀਆਂ ਸਾਡੇ ਕੋਲ ਨਵੀਆਂ, ਕੁਝ ਗੱਡੀਆਂ ਇਹੋ ਜਿਹੀਆਂ ਵੀ ਹੈਗੀਆਂ ਜਿਹੜੀਆਂ ਇੱਥੋਂ ਗੇਟ ਤੋਂ ਨਿਕਲਦਿਆਂ ਸਾਰ ਵੀ ਖਰਾਬ ਹੋ ਜਾਂਦੀਆਂ। ਉਹ ਜਿਹੜੀਆਂ ਐਡੀਆਂ ਕੰਡਮ ਗੱਡੀਆਂ, ਉਹ ਜਾ ਕੇ ਜੇ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਉਹ ਡਰਾਈਵਰ ਜਿਹੜਾ ਉਹ ਇਸੇ ਚੱਕਰ 'ਚ ਹੀ ਫਸਿਆ ਰਹਿੰਦਾ ਵਾ, ਆਪਣਾ ਪਰਿਵਾਰ ਜਿਹੜਾ ਵਾ ਉਹਨੇ ਤਾਂ ਕੀ ਪਾਲਣਾ। ਇਹਨਾਂ ਦੀਆਂ ਜਿਹੜੀਆਂ ਰਿਕਵਰੀਆਂ ਉਹ ਹੀ ਨਹੀਂ ਸਾਡੇ ਤੋਂ ਪੂਰੀਆਂ ਹੋਈਆਂ ਅੱਜ ਤੱਕ। ਅਸੀਂ ਇਸ ਕਰਕੇ ਮੰਗ ਕਰਦੇ ਹਾਂ, ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਨੂੰ ਕਿਸੇ ਹਿਸਾਬ ਮੁਤਾਬਕ ਮਹਿਕਮੇ 'ਚ ਲਿਆਂਦਾ ਜਾਵੇ, ਜਿਹੜਾ ਠੇਕੇਦਾਰੀ ਦਾ ਚੁਗਲ ਆ ਉਹ ਤੋਂ ਛੁਡਵਾਇਆ ਜਾਵੇ। ਡਿਪੂ ਨੰਬਰ 1 ਦੀ ਗੱਲ ਕੀਤੀ ਜਾਵੇ, ਕਿੰਨੀਆਂ ਬੱਸਾਂ ਔਰ ਕਿੰਨੇ ਮੁਲਾਜ਼ਮ ਜਿਹੜੇ ਹੜਤਾਲ 'ਤੇ ਚੱਲ ਰਹੇ ਨੇ ਇਸ ਟਾਈਮ? ਕਰੀਬ ਜੀ ਸਾਡੇ ਕੋਲ, ਸਾਡੇ ਅੰਮ੍ਰਿਤਸਰ ਡਿਪੂ ਦੇ ਕੋਲ 120 ਬੱਸਾਂ ਜਿਹੜੀਆਂ ਚਾਲੂ ਹਾਲਤ ਦੇ ਵਿੱਚ ਆ, ਅਤੇ ਸਾਡੇ 200 ਵਰਕਰ ਆ ਜਿਹੜਾ ਆਊਟਸੋਰਸਿੰਗ ਵਾਲਾ ਜਾਂ ਕਨੈਕਟ ਵਾਲੇ ਪਾ ਗਏ, ਅਤੇ 200 ਬੰਦਾ ਜਿਹੜਾ ਸਾਰੇ ਹੜਤਾਲ 'ਤੇ ਆ ਜੀ। ਸਰ ਰੋਸ ਤਾਂ ਸਰਕਾਰ ਨਾਲ, ਪਰ ਕਿਤੇ ਨਾ ਕਿਤੇ ਸਵਾਰੀ ਦੀ ਖੱਜਲ ਖਰਾਬੀ ਹੁੰਦੀ ਹੈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਰ ਮੈਂ ਪਹਿਲਾਂ ਵੀ ਮਾਫੀ ਚਾਹੁੰਦਾ, ਮੈਂ ਇਸ ਗੱਲ ਦੀ ਪਬਲਿਕ ਤੋਂ ਮਾਫੀ ਚਾਹੁੰਦੇ ਹਾਂ। ਪਬਲਿਕ ਨਾਲ ਸਾਡਾ ਕੋਈ ਵੀ ਵੈਰ ਵਿਰੋਧ ਨਹੀਂ ਹੈਗਾ, ਸਾਨੂੰ ਖੁਦ ਇਸ ਗੱਲ 'ਤੇ ਮਤਲਬ ਕਿ ਦਿੱਕਤ ਆਉਂਦੀ, ਪਰੇਸ਼ਾਨੀ ਵੀ ਆਉਂਦੀ ਆ ਵੀ ਸਾਡਾ ਉਹਨਾਂ ਨਾਲ ਪਬਲਿਕ ਨਾਲ ਕੋਈ ਪਰੇਸ਼ਾਨੀ ਨਹੀਂ। ਜੇ ਮੰਨ ਲਓ ਮੁੰਡੇ ਸਟੂਡੈਂਟ ਆ, ਉਹ ਪੜ੍ਹਨ ਆਉਂਦੇ ਪਾਸਾਂ ਵਾਲੇ ਆ, ਸਾਰੇ ਸਾਨੂੰ ਵਾਰ ਵਾਰ, ਮੈਂ ਇੱਧਰ ਪਿੰਡ ਪੈਂਦਾ ਉੱਧਰੋਂ ਪੁੱਛਦੇ, ਪਰ ਸਾਡੀ ਮਜਬੂਰੀ ਸਿਰਫ ਇਹ ਆ ਕਿ ਸਾਡੀ ਇਹੋ ਮਜਬੂਰੀ ਬਣ ਜਾਂਦੀ ਆ ਵੀ 8-10 ਹਜ਼ਾਰ ਤਨਖਾਹ ਲੈਣ ਵਾਲਾ ਹਰ ਮਹੀਨੇ ਰਿਕਵਰੀਆਂ ਜਿਹੜੀਆਂ ਕਟਾ ਕੇ ਅਸੀਂ ਆਪਣੇ ਬੱਚੇ ਪਾਲੀਏ ਜਾਂ ਪ੍ਰਸ਼ਾਸਨ ਦੀਆਂ ਰਿਕਵਰੀਆਂ ਪੂਰੀਆਂ ਕਰੀਏ। ਇਸ ਕਰਕੇ ਮੈਂ ਹੱਥ ਜੋੜ ਕੇ ਮਾਫੀ ਚਾਹੁੰਦਾ, ਜਨਤਾ ਨਾਲ ਮੇਰਾ ਕੋਈ ਵੈਰ ਵਿਰੋਧ ਨਹੀਂ ਗਾ, ਸਿਰਫ ਸਾਡੀ ਆਪਣੀ ਮਜਬੂਰੀ ਬਣ ਚੁੱਕੀ ਹੈ। ਤੁਸੀਂ ਹੁਣੇ ਦੱਸਿਆ 10 ਸਾਲ ਤੋਂ ਤੁਸੀਂ ਇਸ ਚੀਜ਼ ਬਾਰੇ ਵਿਰੋਧ ਦਰਜ ਕਰਾ ਰਹੇ ਹੋ, ਪਰ ਤੁਹਾਡੀ ਸੁਣਵਾਈ ਨਹੀਂ ਹੋਈ, ਹੁਣ 3 ਦਿਨ ਹੋ ਗਏ ਤੁਹਾਨੂੰ ਹੜਤਾਲ 'ਤੇ, ਇਹ ਹੜਤਾਲ ਕਦੋਂ ਤੱਕ ਜਾਰੀ ਰਹੂਗੀ? ਇਹ ਹੜਤਾਲ ਦੀ ਹਾਲ ਦੀ ਘੜੀ ਅੱਜ ਜਿਹੜੀ ਸਾਡੀ ਡਾਇਰੈਕਟਰ ਸਾਹਿਬ ਨੇ ਚੰਡੀਗੜ੍ਹ ਵਿਖੇ ਮੀਟਿੰਗ ਸੱਦੀ, ਸਾਡੀ ਸੈਂਟਰ ਬਾਡੀ ਪੰਜਾਬ ਦੀ ਸੈਂਟਰ ਬਾਡੀ ਆ, ਜੇ ਉਹ ਸਾਡੇ ਕੱਟੇ ਹੋਏ ਪੈਸੇ ਨਹੀਂ ਵਾਪਸ ਪਾਉਂਦੇ ਤਾਂ ਫਿਰ ਜਿਹੜਾ ਕੱਲ੍ਹ ਤੋਂ ਅਸੀਂ ਜ਼ਿਆਦਾ ਐਕਸ਼ਨ ਕਰਨ ਵਾਸਤੇ ਮਜਬੂਰ ਹੋਵਾਂਗੇ। ਸਾਡੀਆਂ ਬ੍ਰਾਂਚਾਂ ਬਣੀਆਂ,
क्योंकि पंजाब के अंदर पंजाब रोडवेज के 18 डिपू आ वो असी छे छे ब्रांचा करके जे सानू कोई प्रॉब्लम आउंदी आ जे असी अज ये बंद किया तो कल नू जिहड़े छे बंद करावांगे जे फिर भी सरकार साडी सुनवाई नहीं करदी साडियां कट्टियां रिकवरियां तनखावां नहीं पाउंदे तो फिर असी जिहड़ी आ 18 दे 18 डिपू बंद करके संघर्ष करांगे। अच्छा इत्थे जिहड़ी आ इन्ना गंदगी इन्ना पानी खड़ा है ਇਹ ਕੀ ਮਸਲਾ ਹੈਗਾ ਇਹਦੇ ਬਾਰੇ ਦੱਸੋ। ਇਹ ਸਰ ਪਹਿਲਾਂ ਵੀ ਮੀਡੀਆ ਆ ਚੁੱਕਾ ਪਹਿਲਾਂ ਵੀ ਸਭ ਨੇ ਵੇਖਿਆ ਵੀ ਇੱਥੇ ਥੋੜ੍ਹੀ ਜਿਹੀ ਬਾਰਿਸ਼ ਪੈਂਦੀ ਆ ਅਤੇ ਇਹ ਜਿਹੜਾ ਛੱਪੜ ਦਾ ਰੂਪ ਧਾਰਨ ਕਰ ਲੈਂਦੇ ਆ ਇਹ ਘੱਟ ਤੋਂ ਘੱਟ ਹਫ਼ਤਾ ਪਾਣੀ ਇੱਥੇ ਖੜ੍ਹਾ ਰਹਿੰਦਾ ਜੋ ਕਿ ਬਿਮਾਰੀਆਂ ਦਾ ਕਾਰਨ ਆ। ਸਾਡੇ ਡਰਾਈਵਰ ਜਿਹੜੇ ਆ ਜਾਂ ਕੰਡਕਟਰ ਜਿਹੜਾ ਸਟਾਫ ਸਾਰਾ ਅੱਗੇ ਗੱਡੀ ਲੈਣ ਜਾਂਦੇ ਆ ਇੱਥੋਂ ਤੱਕ ਕਿ ਉਹਨਾਂ ਨੂੰ ਜੋੜੇ ਉਤਾਰ ਕੇ ਫਿਰ ਅੱਗੇ ਜਾਣਾ ਪੈਂਦਾ ਇਹ ਸਾਨੂੰ ਮਜਬੂਰਨ ਇਹੋ ਜਿਹੇ ਛੱਪੜ ਦੇ ਪਾਣੀ ਵਿੱਚ ਰਹਿ ਕੇ ਕੰਮ ਕਰਨਾ ਪੈ ਰਿਹਾ। ਅਸੀਂ ਪਹਿਲਾਂ ਵੀ ਆਪਣੀ ਜਥੇਬੰਦੀ ਵੱਲੋਂ ਥੋੜ੍ਹੀ ਥੋੜ੍ਹੀ ਗਰਾਈ ਕਰਕੇ ਆਹ ਗੱਡਰ ਵਗੈਰਾ ਸਾਫ਼ ਕਰਾਏ ਸੀ ਜੋ ਕਿ ਪ੍ਰਸ਼ਾਸਨ ਦਾ ਕੰਮ ਹੈ ਸਾਡਾ ਕੰਮ ਨਹੀਂ ਗਾ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰ ਚੁੱਕੇ ਹਾਂ GM ਸਾਹਿਬ ਨੂੰ ਬੇਨਤੀ ਕਰ ਚੁੱਕੇ ਵੀ ਇਹਦੇ ਵਿੱਚ ਕੁਛ ਨਾ ਕੁਛ ਸੁਧਾਰ ਲਿਆਂਦਾ ਜਾਵੇ। ਕੱਲ੍ਹ ਵੀ ਮੀਂਹ ਪੈਂਦੇ ਦੇ ਵਿੱਚ ਮੇਰਾ ਇੱਕ ਡਰਾਈਵਰ ਜਿਹੜਾ ਇੱਥੇ ਗੱਟਰ ਦੇ ਵਿੱਚ ਡਿੱਗਾ। ਇਸ ਕਰਕੇ ਇਹ ਬੇਨਤੀ ਆ ਅਸੀਂ ਮੀਡੀਆ ਨੂੰ ਬੇਨਤੀ ਕਰਦੇ ਵੀ ਇਹਨੂੰ ਵੱਧ ਤੋਂ ਵੱਧ ਵਿਖਾਇਆ ਜਾਵੇ ਅਤੇ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਵੀ ਇਹਦਾ ਕੁਛ ਸੁਧਾਰ ਕੀਤਾ ਜਾਵੇ ਕੁਛ ਗੱਟਰ ਵਗੈਰਾ ਸਾਫ਼ ਕਰਾਏ ਜਾਣ। ਬਿਲਕੁਲ ਜੀ ਪਨਬੱਸ ਕੰਟਰੈਕਟਰ ਵਰਕਰ ਯੂਨੀਅਨ ਜਿਹੜੇ ਹੈਗੇ ਨੇ ਉਹਨਾਂ ਦੀਆਂ ਮੰਗਾਂ ਕਿਤੇ ਨਾ ਕਿਤੇ ਜਾਇਜ਼ ਨਜ਼ਰ ਆਉਂਦੀਆਂ ਨੇ ਕਿਉਂਕਿ ਇੱਕ 8 ਤੋਂ 10 ਹਜ਼ਾਰ ਦੀ ਸੈਲਰੀ ਲੈਣ ਵਾਲਾ ਬੰਦਾ ਕਿੱਥੋਂ ਕਲੇਮ ਭਰੇਗਾ ਆਪਣੀ ਜੇਬ 'ਚੋਂ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਸਰਕਾਰ ਨੂੰ ਚਾਹੀਦਾ ਜਿੰਨੇ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਜਾਇਜ਼ ਮੰਗਾਂ ਹੈਗੀਆਂ ਉਹ ਛੇਤੀ ਪ੍ਰਵਾਨ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਜਿਹੜੀ ਦਿੱਕਤ ਆ ਰਹੀ ਉਹ ਨਾ ਹੋਵੇ। ਦੂਜੇ ਪਾਸੇ ਜਿਹੜੀ ਵੀ ਹੈ ਵਰਕਸ਼ਾਪ ਦੀ ਹਾਲਤ ਹੈਗੀ ਡਿਪੂ ਨੰਬਰ 1 ਦੀ ਉਹਦੀ ਹਾਲਤ ਵੀ ਸੁਧਾਰੀ ਜਾਵੇ ਤਾਂ ਜੋ ਡਰਾਈਵਰਸ ਨੂੰ ਜਿਹੜੀ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਇਸ ਗੰਦੇ ਪਾਣੀ ਤੋਂ ਉਸ ਤੋਂ ਵੀ ਇਸ ਇਹਨਾਂ ਡਰਾਈਵਰਾਂ ਨੂੰ ਨਿਜਾਤ ਮਿਲ ਸਕੇ। ਕੈਮਰਾ ਪਰਸਨ ਮੁਕੇਸ਼ ਬਾਵਾ ਨਾਲ ਸਿਕੰਦਰ ਪਸੀਚਾ, ਥੈਂਕਸ ਫੋਰ ਟੀਵੀ ਅੰਮ੍ਰਿਤਸਰ।